ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਸ਼ੋਅ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਵਿਊਅਰਸ, ਬੀਤੀ ਕੱਲ ਹੋਂਦ ਵਿੱਚ ਆਏ ਅਖੰਡ ਅਕਾਲੀ ਦਲ ਨੇ ਪੰਜਾਬ ਦੀਆਂ ਸਿਆਸੀ ਸਫਾਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅਕਾਲੀ ਦਲ ਬਾਦਲ ਤੋਂ ਨਿਰਾਸ਼ ਹੋ ਕੇ ਬਾਦਲ ਦਲ ਛੱਡ ਕੇ ਨਵੇਂ ਬਣੇ ਅਕਾਲੀ ਦਲ ਦਾ ਸਾਥ ਦੇਣ ਦਾ ਫੈਸਲਾ ਕੁਝ ਆਗੂਆਂ ਵੱਲੋਂ ਕੀਤਾ ਗਿਆ। ਕਿਹੜੇ ਏਜੰਡੇ ਲੈ ਕੇ ਅਖੰਡ ਅਕਾਲੀ ਦਲ ਪੰਜਾਬ ਦੇ ਲੋਕਾਂ ਸਾਹਮਣੇ ਆਵੇਗਾ ਅਤੇ ਇਸ ਨਾਲ ਪੰਜਾਬ ਦੀ ਸਿਆਸਤ ਵਿੱਚ ਕੀ ਤਬਦੀਲੀ ਆ ਸਕਦੀ ਹੈ, ਇਸ ਬਾਰੇ ਅੱਜ ਅਸੀਂ ਅਖੰਡ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ SGPC ਦੇ ਜਨਰਲ ਸਕੱਤਰ ਸਰਦਾਰ ਸੁਖਦੇਵ ਸਿੰਘ ਭੌਰ ਨਾਲ ਗੱਲਬਾਤ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਭੌਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੌਰ ਸਾਹਿਬ, ਸਭ ਤੋਂ ਪਹਿਲਾਂ ਤਾਂ TV84 ਤੇ ਤੁਹਾਡਾ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ। ਭੌਰ ਸਾਹਿਬ, ਜਿਹੜਾ ਅਖੰਡ ਅਕਾਲੀ ਦਲ ਤੁਹਾਡੇ ਵੱਲੋਂ ਇਹ ਇੱਕ ਚੌਥੇ ਫਰੰਟ ਦੇ ਵਜੋਂ ਪੰਜਾਬ ਦੀ ਸਿਆਸਤ ਦੇ ਵਿੱਚ ਉਤਾਰਿਆ ਗਿਆ, ਸਾਰੀਆਂ ਜਿਹੜੀਆਂ 3-4 ਜਥੇਬੰਦੀਆਂ ਹੈਗੀਆਂ ਨੇ ਉਹਨਾਂ ਨੂੰ ਇਕੱਠਿਆਂ ਕਰਕੇ, ਸਾਰਿਆਂ ਤੋਂ ਪਹਿਲਾਂ ਮੈਂ ਇਹੀ ਜਾਣਨਾ ਚਾਹੂੰਗਾ ਤੁਹਾਡੇ ਕੋਲੋਂ, ਤੁਹਾਡੇ ਸ਼ਬਦਾਂ ਦੇ ਵਿੱਚ, ਕਿ ਇਹਦੀ ਲੋੜ ਤੁਹਾਨੂੰ ਕਿਉਂ ਮਹਿਸੂਸ ਹੋਈ ਜਦਕਿ ਹੋਰ ਜਿਹੜੀਆਂ ਧਿਰਾਂ ਹੈਗੀਆਂ ਨੇ ਉਹ ਕਰੰਟਲੀ ਐਗਜ਼ਿਸਟ ਕਰਦੀਆਂ ਨੇ, ਮੌਜੂਦ ਨੇ, ਇਹਦੀ ਲੋੜ ਤੁਹਾਨੂੰ ਕਿਉਂ ਮਹਿਸੂਸ ਹੋਈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਸਾਹਮਣੇ ਤੁਸੀਂ ਬਾਕੀ ਧਿਰਾਂ ਦੇ ਨਾਲੋਂ ਕੀ ਵੱਖਰਾ ਲੈ ਕੇ ਚੋਣ ਮੈਦਾਨ ਦੇ ਵਿੱਚ ਉਤਰੋਗੇ? ਦੇਖੋ, ਇੱਕ ਤਰ੍ਹਾਂ ਵੀ ਰਾਜਨੀਤੀ ਦੇ ਵਿੱਚ ਜਾਂ ਰਾਜ ਪ੍ਰਾਪਤ ਕਰਨ ਦੀ ਦੌੜ ਵਿੱਚ ਪਹਿਲਾਂ ਹੀ ਬਹੁਤ ਧਿਰਾਂ ਪੰਜਾਬ ਵਿੱਚ ਮੌਜੂਦ ਹੈ ਜੀ। ਪੰਥਕ ਧਿਰਾਂ ਦੇ ਤੌਰ ਤੇ ਕੁੱਝ ਧਿਰਾਂ ਸਰਗਰਮ ਰਹੀਆਂ, ਪਰ ਉਹਨਾਂ ਦਾ ਨਿਸ਼ਾਨਾ ਇਸ ਵੇਲੇ ਸਿਰਫ ਤੇ ਸਿਰਫ ਏਜੰਡਾ ਸਰਬੱਤ ਖਾਲਸਾ ਤੱਕ ਹੀ ਸਿਮਟ ਕੇ ਰਹਿ ਗਿਆ ਜੀ। ਉਹ ਹੋਰ ਬਾਕੀ ਮੁੱਦੇ ਸਾਰੇ ਹੀ ਛੱਡ ਕੇ ਬੈਠ ਗਏ ਤੇ ਉਹਨਾਂ ਨੇ ਇੱਕ ਪ੍ਰੈਸਟੀਜ ਇਸ਼ੂ ਬਣਾ ਲਿਆ ਵੀ ਸਰਬੱਤ ਖਾਲਸਾ ਅਸੀਂ ਕਰਨਾ ਹੀ ਕਰਨਾ। ਇੱਕ ਧਿਰ ਉਹਦਾ ਵਿਰੋਧ ਵੀ ਕਰ ਰਹੀ ਹੈ, ਇੱਕ ਧਿਰ ਉਹਨੂੰ ਹੋਰ ਤਰ੍ਹਾਂ ਵੀ ਕਰ ਰਹੀ ਹੈ। ਭਾਈ ਜਗਤਾਰ ਸਿੰਘ ਹੋਰਾਂ ਨੇ ਕਿਹਾ ਸੀ ਵਿਧੀ ਵਿਧਾਨ ਬਣਾ ਲਓ, ਵਿਧੀ ਵਿਧਾਨ ਬਣਾਉਣ ਵਾਲੀ ਜਿਹੜੀ ਦਿੱਤੀ ਸ਼ਕਤੀ ਹੈ ਉਹਦਾ ਵੀ ਉਹਨਾਂ ਨੇ ਵਿਰੋਧ ਕਰਕੇ ਇੱਕ ਸਟੈਂਡ ਲਿਆ ਹੋਇਆ ਜੀ। ਖੈਰ, ਇਹ ਇੱਕ ਡਿਫਰੈਂਟ ਇਸ਼ੂ ਹੈ। ਤੇ ਦੂਜਾ ਇਹ ਹੈ ਵੀ ਜਦੋਂ ਦਾ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਅਗਲੀ ਦਾ ਕਾਂਡ ਸ਼ੁਰੂ ਹੋਇਆ, ਸਭ ਤੋਂ ਵੱਡੀ ਘਟਨਾ ਜਿਹੜੀ ਹੈ ਉਹ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ਼ੁਰੂ ਹੋਈ ਸੀ ਜੀ। ਬੁਰਜ ਜਵਾਹਰ ਸਿੰਘ ਵਾਲਾ ਤੋਂ ਮਹਾਰਾਜੇ ਸਰੂਪ ਚੋਰੀ ਕੀਤੇ ਗਏ, ਫਿਰ ਕੰਧ ਤੇ ਇਸ਼ਤਿਹਾਰ ਲਾ ਕੇ ਕੌਮ ਨੂੰ ਮੰਗਾਰਿਆ ਗਿਆ ਵੀ ਅਸੀਂ ਤੁਸੀਂ ਸਾਡੇ ਗੁਰੂ ਦੀ ਫਿਲਮ ਨਹੀਂ ਚੱਲਣ ਦਿੰਦੇ, ਤੁਹਾਡਾ ਗੁਰੂ ਚੁੱਕ ਕੇ ਲੈ ਚੱਲੋ ਜੀ, ਜੇ ਹਿੰਮਤ ਹੈ ਤਾਂ ਲੱਭ ਕੇ ਦਿਖਾਲੋ ਤੇ ਅਸੀਂ ਏਦਾਂ ਏਦਾਂ ਕਰਾਂ। ਉਹਨਾਂ ਨੇ ਉਹ ਸਾਰਾ ਕੁਝ ਕੀਤਾ। ਫਿਰ ਇਹ ਇਹਨਾਂ ਦੀ ਕਾਨੂੰਨੀ ਤੌਰ ਤੇ ਜੋ ਸਿੱਖ ਚਾਰਾ ਜੋ ਕਰ ਸਕਦੇ ਸੀ, ਸਰੂਪ ਚੋਰੀ ਹੋਣ ਦੀ ਵੀ FIR ਦਰਜ ਕਰਾਈ ਉਹਨਾਂ ਨੇ ਜੀ। ਜਿਹੜਾ ਧਮਕੀਆਂ ਵਾਲਾ ਉਹ ਲਾਇਆ ਸੀ ਇਸ਼ਤਿਹਾਰ ਉਹਦੀ ਵੀ ਕਰਾਈ, ਤੇ ਉਸ ਤੋਂ ਬਾਅਦ ਜਦੋਂ ਬੇਅਦਬੀ ਹੋਈ ਉਹਦੀ ਵੀ FIR ਦਰਜ ਕਰਾਈ, ਪਰੰਤੂ ਨਾ ਪੰਜਾਬ ਦੀ ਸਰਕਾਰ, ਨਾ ਖੁਫੀਆ ਤੰਤਰ, ਨਾ ਸਿਵਲ ਐਡਮਿਨਿਸਟ੍ਰੇਸ਼ਨ, ਨਾ ਪੁਲਿਸ ਐਡਮਿਨਿਸਟ੍ਰੇਸ਼ਨ ਕੋਈ ਸਿੱਖਾਂ ਨੂੰ ਇਨਸਾਫ਼ ਨਾ ਦੇ ਸਕੇ ਜੀ। ਔਰ ਹਾਲਾਤ ਐਸੇ ਬਣ ਗਏ ਵੀ ਇਨਸਾਫ਼ ਮੰਗਦੇ ਸਿੱਖਾਂ ਤੇ, ਸ਼ਾਂਤਮਈ ਪ੍ਰੋਟੈਸਟ ਕਰਦੇ ਸਿੱਖਾਂ ਦੇ ਉੱਤੇ ਗੋਲੀਆਂ ਵੀ ਭਰੀਆਂ, 2 ਸਿੰਘਾਂ ਦੀ ਸ਼ਹੀਦੀ ਵੀ ਹੋਈ ਤੇ 80-85 ਸਿੰਘ ਜਿਹੜੇ ਆ ਉਹ ਜ਼ਖਮੀ ਵੀ ਹੋਏ ਜੀ, ਕੁੱਝ ਜੇਲ੍ਹਾਂ ਵਿੱਚ ਵੀ ਰੋਏ। ਤੇ ਸਰਕਾਰ ਨੇ ਇੱਕ ਪਖੰਡ ਉਸ ਵੇਲੇ ਵੀ ਰਚਿਆ, ਇੱਕ ਸੀਨੀਅਰ ਪੁਲਿਸ ਅਫਸਰ ਦੀ ਅਗਵਾਈ ਚ ਇੱਕ SIT ਬਣਾ ਕੇ ਦੇ ਅਸੀਂ ਕੁੱਝ ਦਿਨਾਂ ਦੇ ਵਿੱਚ ਸੱਚ ਬਾਹਰ ਕੱਢਦੇ ਹਾਂ ਜੀ। ਸੱਚ ਬਾਹਰ ਕੀ ਆਉਣਾ ਸੀ, ਦੋ ਸਿੱਖ ਸਕੇ ਗੁਰਮੁਖ ਭਰਾਵਾਂ ਨੂੰ ਜਿਹੜੇ ਅੰਮ੍ਰਿਤਧਾਰੀ ਸਿੰਘ ਸੀ ਉਹਨਾਂ ਨੂੰ ਦੋਸ਼ੀ ਬਣਾ ਦਿੱਤਾ ਗਿਆ। ਔਰ ਇਹ ਕਿਹਾ ਗਿਆ ਜੀ ਇਹਨਾਂ ਨੂੰ ਫੋਰਨ ਤੋਂ ਪੈਸਾ ਆਉਂਦਾ ਹੈ, ਫੋਰਨ ਏਡਿਡ ਬੰਦੇ ਆ, ਤੇ ਇਹ ਸਾਰੀ ਪਲਾਨਿੰਗ ਜਿਹੜੀ ਆ ਕਿਤੇ ਬਾਹਰ ਬੈਠ ਕੇ ਹੋਈ ਆ ਵੀ ਇਹ ਗੁਰੂ ਵੀ ਸਿੱਖਾਂ ਦਾ ਹੀ ਬੇਪਤ ਕੀਤਾ ਗਿਆ ਜੀ, ਦੋਸ਼ੀ ਵੀ ਸਿੱਖ ਬਣਾ ਦਿੱਤੇ ਗਏ ਤੇ ਸੜਕਾਂ ਤੇ ਵੀ ਸਿੱਖ ਰੁੜ ਰਹੇ ਸੀ। ਇਨਸਾਫ਼ ਸਿੱਖਾਂ ਨੂੰ ਕਿਸੇ ਨੇ ਨਾ ਦਿੱਤਾ। ਫਿਰ ਜਦੋਂ ਪੰਥ ਨੇ ਦਬਾਅ ਪਾਇਆ ਤੇ ਉਹਨਾਂ ਦੋਨਾਂ ਭਰਾਵਾਂ ਨੂੰ ਛੱਡਣਾ ਪਿਆ, ਸੱਚ ਫਿਰ ਵੀ ਬਾਹਰ ਨਾ ਆਇਆ ਜੀ। ਫਿਰ ਇੱਕ ਪਖੰਡ ਰਚਿਆ ਗਿਆ, ਆਪਣੇ ਇੱਕ ਬਹੁਤ ਨੇੜੇ ਦੇ ਬੰਦੇ ਨੂੰ ਜ਼ੋਰਾ ਸਿੰਘ ਕਮਿਸ਼ਨ ਬਣਾ ਦਿੱਤਾ ਗਿਆ ਸੱਚ ਲੱਭਣ ਦੇ ਲਈ। ਤੇ ਉਹ ਜ਼ੋਰਾ ਸਿੰਘ ਕਮਿਸ਼ਨ ਨੇ ਕੀ ਸੱਚ ਲੱਭਿਆ ਕੀ ਨਹੀਂ ਲੱਭਿਆ ਉਹਦਾ ਅੱਜ ਤੱਕ ਕਿਸੇ ਨੂੰ ਪਤਾ ਨਹੀਂ। ਉਹਨੇ ਰਿਪੋਰਟ ਦਿੱਤੀ ਪਰ ਉਹ ਰਿਪੋਰਟ ਦੇ ਉੱਤੋਂ ਕਿਸੇ ਨੇ ਮਿੱਟੀ ਵੀ ਨਹੀਂ ਝਾੜੀ ਤੇ ਦੱਸਿਆ ਹੀ ਨਹੀਂ ਗਿਆ ਕੌਮ ਨੂੰ ਵੀ ਤੁਹਾਡੇ ਗੁਰੂ ਦਾ ਅਪਮਾਨ ਯੋਜਨਾਬੱਧ ਢੰਗ ਨਾਲ ਤੁਹਾਨੂੰ ਵੰਗਾਰ ਕੇ ਕੌਣ ਕਰ ਗਿਆ ਅਜੇ ਤੱਕ ਇਸ ਗੱਲ ਦੀ ਪਤਾ ਹੀ ਨਹੀਂ। ਇਸੇ ਰੋਸ ਵਜੋਂ ਇੱਕ ਲਹਿਰ ਪੰਥੀ, ਉਸ ਲਹਿਰ ਨੇ 3 ਹਫ਼ਤੇ ਪੰਜਾਬ ਦੀਆਂ ਸੜਕਾਂ ਜਾਮ ਰੱਖੀਆਂ, ਸਰਕਾਰ ਦਾ ਧਿਆਨ ਖਿੱਚਿਆ। ਔਰ ਬਦਕਿਸਮਤੀ ਇਹ ਹੈ ਵੀ ਜੇ ਕਿਤੇ 4 ਬੰਦਿਆਂ ਨੂੰ ਤਨਖਾਹ ਘੱਟ ਮਿਲਦੀ ਹੋਵੇ ਨਾ, ਸੜਕ ਰੋਕ ਕੇ ਬਹਿ ਜਾਣ ਤੇ ਉਸੇ ਵੇਲੇ ਸਰਕਾਰ ਦਾ ਕੋਈ ਨਾ ਕੋਈ ਨੁਮਾਇੰਦਾ ਆ ਜਾਂਦਾ ਵੀ ਚਲੋ ਵੀ ਤੁਹਾਡੀ ਥੋੜੀ ਬਹੁਤੀ ਤਨਖਾਹ ਵਧਾ ਦਿੰਦੇ ਉੱਠ ਜਾਓ ਜੀ।
ਸਿੱਖ ਆਪਣੇ ਗੁਰੂ ਦੇ ਸਤਿਕਾਰ ਲਈ ਸੜਕਾਂ 'ਚ ਰੁੜ ਰਹੇ ਸੀ। ਉਹਨਾਂ ਕੋਲ ਨਾ ਅਕਾਲ ਦਾ ਜਥੇਦਾਰ ਪਹੁੰਚ ਸਕਿਆ, ਨਾ ਕਿਸੇ ਦੂਜੇ ਤੱਕ ਦਾ ਜਥੇਦਾਰ, ਨਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਨਾ ਅਕਾਲੀ ਦਲ ਦਾ ਪ੍ਰਧਾਨ, ਨਾ ਸਰਕਾਰ ਦਾ ਕੋਈ ਨੁਮਾਇੰਦਾ। ਜੀ, ਰਾਮਗੀ ਵਾਲਾ ਆਲਮ ਸੀ ਵੀ ਪੰਜਾਬ ਦੀ ਧਰਤੀ ਤੇ ਸਿੱਖਾਂ ਦਾ ਅਪਮਾਨ ਹੋ ਰਿਹਾ, ਸਿੱਖਾਂ ਦੀ ਹਮਦਰਦ ਹੋਣ ਦੀ ਦਾਅਵੇ ਕਰਨ ਵਾਲੀ ਸਰਕਾਰ ਮੌਜੂਦ ਹੈ ਤੇ ਸਿੱਖ ਸੜਕਾਂ ਤੇ ਆਪਣੇ ਗੁਰੂ ਦੇ ਸਤਿਕਾਰ ਦੀ ਖਾਤਰ ਰੁੜ ਰਹੇ ਹੈ, ਉਹਨਾਂ ਨੂੰ ਕੋਈ ਇਨਸਾਫ਼ ਨਹੀਂ ਦੇ ਰਿਹਾ। ਇਹ ਇੱਕ ਬਹੁਤ ਵੱਡੀ ਘਟਨਾ ਸੀ ਜਿਹੜੀ ਪੰਜਾਬ ਦੇ ਵਿੱਚ, ਜਿੱਥੇ ਸਿੱਖਾਂ ਨੂੰ ਇਸ ਗੱਲ ਦਾ ਦੁੱਖ ਸੀ ਵੀ ਉਹਨਾਂ ਦੇ ਗੁਰੂ ਦਾ ਅਪਮਾਨ ਹੋ ਰਿਹਾ, ਨਾਲ ਇਸ ਗੱਲ ਦਾ ਵੀ ਦੁੱਖ ਸੀ ਤੇ ਪੰਥਕ ਮਖੌਟੇ ਵੀ ਨੰਗੇ ਹੋ ਰਹੇ ਆ, ਜਿਹੜੇ ਲੋਕਾਂ ਨੂੰ ਰਾਜ ਭਾਗ ਦੇ ਕੇ ਅਸੀਂ ਆਪਣੇ ਹਿੱਤਾਂ ਦੀ ਪਹਿਰੇਦਾਰੀ ਸੌਂਪੀ ਸੀ, ਉਹ ਇਸ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰ ਰਹੇ ਤੇ ਦੋਸ਼ੀਆਂ ਨੂੰ ਫੜਨ ਵਿੱਚ ਕੋਈ ਯੋਗਦਾਨ ਨਹੀਂ ਪਾ ਰਹੇ। ਇਸ ਮੁਸਲਮਾਨਾਂ ਚੁੱਪ ਦੇ ਉੱਤੋਂ ਬਹੁਤ ਸਾਰੇ ਬੰਦਿਆਂ ਨੇ ਆਪਣੇ ਇਤਰਾਜ਼ ਵੀ ਪ੍ਰਗਟ ਕੀਤੇ ਤੇ ਮੈਨੂੰ ਵੀ ਉਸ ਵੇਲੇ ਬਹੁਤ ਗੁੱਸਾ ਸੀ ਤੇ ਮੈਂ ਇਹ 14 ਤਰੀਕ ਦੀ ਘਟਨਾ 18 ਤਰੀਕ ਨੂੰ ਮੈਂ ਖਾਲੀ ਦਾ ਅਸਤੀਫਾ ਦੇ ਦਿੱਤਾ ਸੀ। ਜੀ, ਇੱਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਸੀਂ ਘਰ ਚ ਬੈਠੇ ਸੀ, ਹਰ ਇੱਕ ਬੰਦਾ ਜਿਹੜਾ ਆਉਂਦਾ ਸੀ ਤੁਰੋ ਭਾਈ ਤੁਰੋ ਕੁਛ ਕਰੀਏ ਕੁਛ ਕਰੀਏ, ਤੇ ਮੈਂ ਇੱਕ ਯਤਨ ਵਿੱਚ ਸੀ ਵੀ ਸਮੁੱਚਾ ਖਾਲਸਾ ਪੰਥ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਚਾਹੀਦਾ ਤੇ ਮੈਂ ਉਹਦੇ ਲਈ ਸੁਝਾਅ ਵੀ ਦਿੱਤੇ ਵੱਖ ਵੱਖ ਪਲੇਟਫਾਰਮਾਂ ਤੋਂ ਤੇ ਉਹਨਾਂ ਨੂੰ ਇਹ ਕਿਹਾ ਵੀ ਭਾਈ ਆਪਣੇ ਦਲ ਦੇ ਸ਼ਾ ਕਾਇਮ ਰੱਖ ਲਓ, ਕੋਈ ਸਾਡੀ ਕੋਈ ਤਾਲਮੇਲ ਕਮੇਟੀ ਬਣਾ ਲਓ, ਇੱਕ ਇੱਕ ਦੋ ਦੋ ਬੰਦੇ ਪਾ ਲਓ ਸਾਰੇ ਤੇ ਇਹਨੂੰ ਕੋਈ ਪ੍ਰਭਾਵ ਦਿਓ, ਕੋਈ ਸਾਂਝਾ ਏਜੰਡਾ ਤੈਅ ਕਰ ਲਓ, ਕੋਈ ਘੱਟੋ ਘੱਟ ਸਾਂਝਾ ਪ੍ਰੋਗਰਾਮ ਬਣਾ ਲਓ, ਜੇ ਆਪਣੀ ਹੋਮੈ ਨਹੀਂ ਛੱਡਣੀ ਆਪਣੇ ਆਪਣੇ ਦਲ ਵੀ ਕਾਇਮ ਰੱਖੋ, ਪਰ ਮੈਂ ਉਹਦੇ ਚ ਕਾਮਯਾਬ ਨਾ ਹੋ ਸਕਿਆ। ਜੀ, ਉਲਟਾ ਮੈਨੂੰ ਇਹ ਕਹਿੰਦੇ ਰਹੇ ਕਿ ਤੂੰ ਸਾਡੇ ਨਾਲ ਆ ਜਾ ਸਾਡੇ ਨਾਲ ਲੱਗ ਕੇ ਕੰਮ ਕਰ, ਤੇ ਮੈਂ ਇਸ ਗੱਲ ਦੇ ਵਿੱਚ ਵੀ ਆਪਣਾ ਮਾਨਸਿਕ ਸੰਤੁਲਨ ਮੇਰਾ ਨਹੀਂ ਬਣ ਸਕਿਆ। ਮੈਂ ਤੇ ਬੈਠਾ ਸੀ, ਮੈਨੂੰ ਕੋਈ ਮੈਂ ਬਥੇਰਾ ਕੁਛ ਹੰਡਾ ਲਿਆ ਸੀ, ਮੈਨੂੰ ਇਹਦੀ ਕੋਈ ਹੈ ਨਹੀਂ ਸੀ ਗੱਲ ਵੀ। ਫਿਰ ਇੱਕ ਦਿਨ ਪੰਜ ਪਿਆਰਿਆਂ ਨੇ ਮੈਨੂੰ ਫੋਨ ਕੀਤਾ, ਜਿਹੜੇ ਪੰਜ ਪਿਆਰੇ ਅਕਾਲ ਤਖ਼ਤ ਸਾਹਿਬ ਦੇ ਸੀ, ਉਹ ਮੈਨੂੰ ਕਹਿਣ ਲੱਗੇ ਸੀ ਮਿਲਣਾ ਚਾਹੁੰਦੇ। ਅਸੀਂ ਕਿਤੇ ਮਿਲੇ ਬੈਠੇ ਕਾਫੀ ਦੇਰ, ਦੋ ਢਾਈ ਘੰਟੇ ਬੈਠੇ ਰਹੇ, ਮੈਨੂੰ ਕਹਿੰਦੇ ਦੱਸੋ ਕੀ ਹੱਲ ਹੋ ਸਕਦਾ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਦੇਖੋ ਇਸ ਵੇਲੇ ਅੱਗੇ ਜਦੋਂ ਪੰਥ ਲੜਦਾ ਸੀ ਨਾ ਤੇ ਅਕਾਲ ਤਖ਼ਤ ਸਾਹਿਬ ਜਾਂ ਹੋਰ ਤਖ਼ਤ ਛੁਡਾਉਂਦੇ ਸੀ, ਹੁਣ ਪੰਥ ਨੂੰ ਸ਼ਰਾਕ ਹੋਈ ਨਹੀਂ ਰਿਹਾ, ਜਿਹੜਾ ਦੁਸ਼ਮਣ ਸੀ ਉਹ ਛਾਤਰਾਂ ਨਾਲ ਢੰਗ ਵਰਤ ਕੇ ਘਰ ਬਹਿ ਗਿਆ ਤੇ ਸਿੱਖ ਇੱਕ ਦੂਜੇ ਦੀਆਂ ਦਾੜੀਆਂ ਫੜੀ ਖੜੇ। ਇਹਨਾਂ ਨੂੰ ਛਡਾਉਣ ਦਾ ਰੋਲ ਅਦਾ ਕਰੋ। ਮੈਨੂੰ ਕਹਿੰਦੇ ਕਿਵੇਂ ਕਰੀਏ? ਮੈਂ ਕਿਹਾ ਤੁਸੀਂ ਐਂ ਕਰੋ ਵੀ ਜਿਵੇਂ ਦੇਖੋ ਤੁਸੀਂ ਇਹ ਤੁਹਾਡੀ ਪੰਜ ਪਿਆਰਿਆਂ ਦੀ ਸਥਾਈ ਸੰਸਥਾ ਤਾਂ ਹੈ ਨਹੀਂ, ਇਹ ਤਾਂ ਤੁਸੀਂ ਉਸ ਵੇਲੇ ਆਪਣਾ ਰੋਲ ਅਦਾ ਕੀਤਾ ਜਿਹਦੇ ਨਾਲ ਤੁਹਾਡਾ ਸਤਿਕਾਰ ਬਣੇ। ਗੁਰੂ ਸਾਹਿਬ ਦਾ ਅਪਮਾਨ ਹੋ ਰਿਹਾ ਸੀ, ਜਥੇਦਾਰ ਅੰਦਰੋਂ ਜੀ ਨਿਕਲਦੇ, ਤੁਸੀਂ ਉਹਨਾਂ ਨੂੰ ਵੰਗਾਰ ਪਾਈ, ਕੌਮ ਨੇ ਤੁਹਾਡਾ ਸਤਿਕਾਰ ਕੀਤਾ ਜੀ, ਤੇ ਤੁਸੀਂ ਕਿਉਂਕਿ ਪੰਜ ਪਿਆਰਿਆਂ ਦੀ ਸੰਸਥਾ ਵੀ ਕੋਈ ਸਾਰੀ ਉਮਰ ਲਈ ਨਹੀਂ ਹੁੰਦੀ ਕਿਸੇ ਵਿਅਕਤੀ ਨੂੰ ਉਹਦੇ ਵਿੱਚ ਸ਼ਾਮਿਲ ਕਰ ਲਈਏ। ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਵੀ ਮਹਾਰਾਜ ਨੇ ਸ਼ਿਕਾਇਆ ਖਾਲਸਾ ਜਥੇਬੰਦੀ ਦੀ ਸਥਾਪਨਾ ਕੀਤੀ, ਉਹ ਪੰਜ ਪਿਆਰੇ ਹੋਰ ਸਨ, ਜਦੋਂ ਚਮਕੌਰ ਦੀ ਗੜੀ ਵਿੱਚੋਂ ਗੁਰੂ ਸਾਹਿਬ ਨੂੰ ਹੁਕਮ ਦਿੱਤਾ ਪੰਜ ਪਿਆਰੇ ਹੋਰ ਸੀ, ਜਦੋਂ ਦਾਦੂ ਪੰਥੀਆਂ ਦੀ ਸਮਾਧ ਦੇ ਉੱਤੇ ਪੰਜ ਪਿਆਰਿਆਂ ਨੇ ਹੁਕਮ ਸੁਣਾਇਆ ਉਹ ਹੋਰ ਸੀ, ਜਦੋਂ ਗੁਰਤਾ ਗੱਦੀ ਦਿੱਤੀ ਗਈ ਉਸ ਵੇਲੇ ਹੋਰ ਸਨ ਜੀ, ਤੇ ਇਹ ਵਕਤ ਬਾ ਵਕਤ ਬਦਲਦੇ ਰਹਿੰਦੇ ਆ। ਖਾਲਸਾ ਪੰਥ ਕਿਸੇ ਸਰੀਰ ਦਾ ਪੁਜਾਰੀ ਨਹੀਂ ਹੈ, ਸੰਸਥਾ ਦਾ ਪੁਜਾਰੀ ਜੀ, ਪੰਜ ਪਿਆਰਿਆਂ ਦੀ ਇੱਕ ਸੰਸਥਾ ਆ, ਅਕਾਲ ਤਖ਼ਤ ਸਾਹਿਬ ਦੀ ਇੱਕ ਸੰਸਥਾ ਆ, ਤੇ ਏਦਾਂ ਹੀ ਬਾਕੀ ਜਿਹੜੀਆਂ ਖਾਲਸਾ ਪੰਥ ਦੀ ਇੱਕ ਸੰਸਥਾ ਆ, ਤੁਸੀਂ ਆਪਣਾ ਰੋਲ ਅਦਾ ਕਰੋ। ਉਹ ਮੈਨੂੰ ਕਹਿੰਦੇ ਕਿਸ ਤਰ੍ਹਾਂ ਹੋਵੇ? ਮੈਂ ਕਿਹਾ ਜੀ ਤੁਸੀਂ ਜਿੰਨੀਆਂ ਪੰਥਕ ਜਥੇਬੰਦੀਆਂ ਪੰਥ ਦੇ ਸਾਂਝੇ ਨੁਮਾਇੰਦੇ ਹੋਣ ਦੇ ਤੌਰ ਤੇ ਸਾਰਿਆਂ ਨੂੰ ਬੁਲਾਓ ਜੀ, ਸਾਰਿਆਂ ਨੂੰ ਬੁਲਾ ਕੇ ਕਹੋ ਵੀ ਦੇਖੋ ਏਦਾਂ ਲੜ ਭਿੜ ਕੇ ਕੰਮ ਨਹੀਂ ਚੱਲਣਾ, ਤੁਸੀਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਓ ਤੇ ਉਹਨਾਂ ਦੀ ਕੋਈ ਤਾਲਮੇਲ ਕਮੇਟੀ ਬਣਾ ਦਿਓ, ਕੋਈ ਉਹਨਾਂ ਨੂੰ ਬਿਠਾ ਕੇ ਪਹਿਲਾਂ ਤਾਂ ਕੋਈ ਏਜੰਡਾ ਤੈਅ ਕਰਾ ਲਓ, ਉਹਨਾਂ ਤੋਂ ਬਾਅਦ ਤੁਸੀਂ ਆਪਣਾ ਅੰਮ੍ਰਿਤ ਸੰਚਾਰ ਕਰੋ, ਉਹਨਾਂ ਨੂੰ ਜ਼ਿੰਮੇਵਾਰੀ ਸੰਭਾਲ ਦਿਓ। ਦੇਖੋ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਤੋਂ ਵੱਡੀਆਂ ਘਟਨਾਵਾਂ ਹੋਰ ਵੀ ਕੋਈ ਹੋ ਸਕੇ, ਤੇ ਤੁਹਾਡੀ ਰੋਜ਼ ਸੜਕਾਂ 'ਚ ਪੱਗਾਂ ਲੱਥਦੀਆਂ, ਬੀਬੀਆਂ ਦੀਆਂ ਚੁੰਨੀਆਂ ਥਾਣਿਆਂ 'ਚ ਰੋਂਦੀਆਂ, ਇੱਥੇ ਤੁਸੀਂ ਇਕੱਠੇ ਹੋ ਕੇ ਸਾਰੇ ਜਣੇ ਕੰਮ ਚਲਾਓ ਤੇ ਸ਼ਾਇਦ ਕੋਈ ਹੱਲ ਨਿਕਲਿਆ। ਉਹਨਾਂ ਨੇ ਕੁਛ ਗੱਲਾਂ ਮੇਰੇ ਤੋਂ ਲਿਖਾਈਆਂ ਵੀ, ਕਹਿੰਦੇ ਸੀ ਕਰਦੇ ਹਾਂ, ਫਿਰ ਬਾਅਦ ਵਿੱਚ ਭਾਈ ਆ ਗਿਆ ਜੀ, ਫਿਰ ਵੱਧ ਖਾਲਸਾ ਦੇ ਸੰਬੰਧ ਵਿੱਚ ਉਹਨਾਂ ਨੇ ਵੀ ਬੈਠ ਕੇ ਕੋਈ ਵਿਧੀ ਵਿਧਾਨ ਬਣਾਓ ਜਿਹੜਾ ਸਰਬ ਪ੍ਰਵਾਨਿਤ ਸਰਬੱਤ ਖਾਲਸਾ ਬਣ ਸਕੇ। ਉਹਨਾਂ ਨੇ ਫਿਰ ਮੈਨੂੰ ਸੁਨੇਹਾ ਦਿੱਤਾ ਵੀ ਤੁਸੀਂ ਵੀ ਆਓ, ਮੈਂ ਵੀ ਗਿਆ 18 ਵਾਲੀ ਮੀਟਿੰਗ 'ਚ, ਮੈਂ ਉੱਥੇ ਵੀ ਇਹ ਬੇਨਤੀ ਕੀਤੀ ਸੀ ਜੀ ਵੀ ਅਜੇ ਸਰਬੱਤ ਖਾਲਸਾ ਜੇ ਚਾਰ ਦੇ ਰਾਜ ਮਨਾ ਲੈਣ, ਕੱਲ ਨੂੰ ਕਹਿ ਦੇਣ ਵੀ ਇਹ, ਉਹ ਕਹਿ ਦੇਣ, ਦੂਜੇ ਕਹਿ ਦੇਣ ਜੀ ਇਹ ਸਰਬੱਤ ਖਾਲਸਾ ਜੀ, ਫਿਰ ਮਨਾ ਲਓ, ਉਹ ਸਰਬੱਤ ਖਾਲਸਾ ਦੇ ਇੰਸਟੀਟਿਊਸ਼ਨ ਦਾ ਵੀ ਅਪਮਾਨ ਹੋ ਜਾਣਾ। ਆਪਾਂ ਕੋਈ ਐਸਾ ਕੰਮ ਕਰੀਏ ਜਿਹਦੇ ਨਾਲ ਸਾਰਾ ਪੰਥ ਇਕੱਠਾ ਹੋ। ਮੈਨੂੰ ਕਹਿਣ ਲੱਗੇ ਕਿੱਦਾਂ ਹੋਵੇ? ਮੈਂ ਕਿਹਾ ਚਲੋ
ਮੈਂ ਇੱਕ ਸੁਝਾਅ ਤੁਹਾਨੂੰ ਦਿੱਤਾ ਸੀ ਪਹਿਲਾਂ, ਜੇ ਨਹੀਂ ਉਹ ਹੋ ਸਕਿਆ ਤੇ ਹੁਣ ਹੋਰ ਤਰ੍ਹਾਂ ਕਰ ਲਓ। ਹੁਣ ਤਾਂ ਸਾਰੀ ਦੁਨੀਆਂ 'ਚ ਸਿੱਖ ਬੈਠੇ ਆ, 170 ਮੁਲਕਾਂ 'ਚ ਬੈਠੇ ਸਿੱਖ, ਤੇ ਤੁਸੀਂ ਆਨਲਾਈਨ ਹੀ ਕੋਈ ਏਦਾਂ ਦੀ ਪਟੀਸ਼ਨ, ਲੋਕੀ ਪਟੀਸ਼ਨਾਂ ਸਾਈਨ ਕਰਾ ਲੈਂਦੇ ਆ, ਤੁਸੀਂ ਉਹਨਾਂ ਦੀ ਸਾਰਿਆਂ ਦੀ ਰਜਿਸਟ੍ਰੇਸ਼ਨ ਕਰੋ, ਜਿੱਥੇ ਜਿੱਥੇ ਕੋਈ ਸਿੱਖ ਅਦਾਰੇ ਆ, ਗੁਰਦੁਆਰੇ ਆ, ਸਿੱਖ ਸੰਸਥਾਵਾਂ ਦੁਨੀਆਂ ਦੇ ਵਿੱਚ, ਉਹਨਾਂ ਦੀ ਰਜਿਸਟ੍ਰੇਸ਼ਨ ਕਰਕੇ ਉਹਨਾਂ ਦੀਆਂ ਏਰੀਆ ਵਾਈਜ਼ ਕਮੇਟੀਆਂ ਬਣਾ ਦਿਓ। ਏਰੀਆ ਵਾਈਜ਼ ਕਮੇਟੀਆਂ ਬਣਾ ਕੇ ਉਹਨਾਂ ਨੂੰ ਕਹੋ ਭਾਈ ਤੁਸੀਂ ਆਪਣੀਆਂ ਮੁਸ਼ਕਲਾਂ 'ਚ ਪੰਥ ਦੀ ਚੜ੍ਹਦੀ ਕਲਾ ਦੇ ਸੁਝਾਅ ਸਾਨੂੰ ਦਿਓ ਜੀ, ਤੇ ਉਹਨਾਂ ਤੋਂ ਬਾਅਦ ਉਹਨਾਂ ਦੇ ਡੈਲੀਗੇਟ ਲੈ ਲਓ। ਡੈਲੀਗੇਟ ਸਾਰਿਆਂ ਦੇ ਲੈ ਕੇ ਪੰਜਾਬ 'ਚ ਵੱਡਾ ਇਕੱਠ ਕਰਕੇ ਡੈਲੀਗੇਟਾਂ ਤੋਂ ਉਹਨਾਂ ਦੀਆਂ ਵੱਖ ਵੱਖ ਮੁਲਕਾਂ 'ਚ ਬੈਠੇ ਸਿੱਖਾਂ ਦੀਆਂ ਸਮੱਸਿਆਵਾਂ ਵੀ ਸੁਣੋ, ਪੰਥ ਦੀ ਚੜ੍ਹਦੀ ਕਲਾ ਦੇ ਵਿਚਾਰ ਵੀ ਸੁਣੋ, ਫਿਰ ਉਹਨੂੰ ਸਾਰਿਆਂ ਦੀ ਜਦੋਂ ਸਾਰੀ ਟੈਨਸ਼ਨ ਮਿਲ ਜਾਏ ਤੇ ਫਿਰ ਆਪਾਂ ਇਕੱਠ ਕਰਕੇ ਸਰਬੱਤ ਖਾਲਸਾ ਕਰੋ, ਜੋ ਮਰਜ਼ੀ ਕਰੋ, ਫਿਰ ਉਹ ਫੈਸਲਾ ਜਿਹੜਾ ਸਾਰੀ ਦੁਨੀਆਂ ਦੇ ਸਿੱਖ ਮੰਨ। ਤੇ ਜੇ ਆਪਾਂ ਏਦਾਂ ਹੀ ਲੜਦੇ ਰਹੇ ਵੀ ਚਾਹੋ ਨੇ ਅੱਜ ਕਰ ਲਿਆ ਜੀ, ਦੂਜਿਆਂ ਤੋਂ ਚਾਹੋ ਨੇ ਅੱਜ ਕਰ ਲਿਆ, ਫਿਰ ਉਹ ਤਾਂ ਕਦੀ ਵੀ ਇਕੱਠ ਨਹੀਂ ਹੋ ਸਕਦਾ। ਉਹਦੇ ਤੇ ਪਤਾ ਨੀ ਅੱਗੇ ਉਹਨਾਂ ਨੇ ਕੋਈ ਕਾਰਵਾਈ ਕੀਤੀ ਕਿ ਨਹੀਂ ਕੀਤੀ, ਪਰ ਹੁਣ ਜੋ ਹਾਲਾਤ ਬਣੇ ਹੋਏ ਆ, ਹੁਣ ਸਰਬੱਤ ਖਾਲਸਾ ਨੂੰ ਇਸ਼ੂ ਲੈ ਬਣਾ ਕੇ ਪੰਥ ਮੰਡੀਆਂ 'ਚ ਪੈ ਗਿਆ, ਫਿਰ ਤੇ ਉਹ ਐਸੇ ਹਾਲਾਤਾਂ ਦੇ ਵਿੱਚ ਕੁੱਝ ਨਜ਼ਰ ਨਹੀਂ ਸੀ ਆ ਰਿਹਾ ਜੀ। ਤੇ ਮੈਂ ਤੇ ਘਰ ਬੈਠਾ ਜੀ, ਸੰਪਰਕ ਮੇਰਾ ਭਾਈ ਬਲਵੰਤ ਸਿੰਘ ਆਨੰਦਗੜ੍ਹ ਨਾਲ, ਪਹਿਲਾਂ ਤੋਂ ਮੇਰਾ ਪ੍ਰੇਮ ਹੈ ਕਿਉਂਕਿ ਉਹ ਜਥੇਦਾਰ ਰਹੇ ਆ ਤਖ਼ਤ ਸਾਹਿਬ ਦੇ ਜੀ, ਤੇ ਉਹ ਜਦੋਂ ਨਾਨਕਸ਼ਾਹੀ ਕੈਲੰਡਰ ਵਾਲੀ ਗੱਲ ਤੇ ਉੱਤੇ ਅਸੀਂ ਮੈਂ ਵਿਰੋਧ ਕੀਤਾ ਸੀ, ਉਸ ਵੇਲੇ ਵੀ ਮੇਰਾ ਸਾਥ ਦਿੰਦੇ ਰਹੇ, ਤੇ ਉਹਨਾਂ ਨੇ ਆ ਕੇ ਮੈਨੂੰ ਹੁਕਮ ਲਾਇਆ ਵੀ ਨਹੀਂ ਭਾਈ ਘਰ ਨੀ ਦੇਖਣਾ, ਆਪਾਂ ਕੋਈ ਨਾ ਕੋਈ ਪਲੇਟਫਾਰਮ ਬਣਾਈਏ। ਤੇ ਉਹ ਪਲੇਟਫਾਰਮ ਬਣਾਉਣ ਲਈ ਮੈਂ ਕਿਹਾ ਮੈਂ ਤੇ ਭਾਈ ਦੱਸੋ ਤੁਸੀਂ ਕੀ ਕਰਨਾ ਚਾਹੁੰਦੇ ਆ, ਕਿ ਕੁਝ ਜਥੇਬੰਦੀਆਂ ਜਿਹਨਾਂ 'ਚ ਆਪਣੇ ਜਨਰਲ ਸੁਖਦੇਵ ਸਿੰਘ ਹੋਰਾਂ ਦੇ ਭਾਈ ਸਾਹਿਬ ਸਰਦਾਰ ਸਿੰਘ ਰਾਜਾ ਸਿੰਘ ਸਿੰਘ ਨਾਲ ਮਿਲੇ, ਤੇ ਉਹ ਆ ਕੇ ਕਹਿਣ ਲੱਗੇ ਵੀ ਨਹੀਂ ਏਦਾਂ ਨੀ, ਆਪਾਂ ਕੁਛ ਨਾ ਕੁਛ ਕੋਈ ਪਲੇਟਫਾਰਮ ਬਣਾਈਏ, ਪੰਥ ਨੂੰ ਕੋਈ ਰਸਤਾ ਤਾਂ ਦਈਏ, ਹਕੂਮਤੀ ਧਿਰ ਤਾਂ ਛੱਡ ਬੈਠੀ ਹੈ, ਤੇ ਜਿਹੜਾ ਅਕਾਲੀ ਦਲ ਦਾ ਇਤਿਹਾਸ ਸੀ ਪੰਥਕ ਜਥੇਬੰਦੀ ਹੋਣ ਦਾ, ਉਹ ਇੱਕ ਪਰਿਵਾਰ ਦੇ ਕਬਜ਼ੇ 'ਚ ਆ ਗਿਆ, ਵੀ ਆਪਾਂ ਕੋਈ ਯਤਨ ਤਾਂ ਕਰੀਏ ਜਿਹੜੇ ਘਰ ਬੈਠੇ। ਉਹਨਾਂ ਨੇ ਰਲ ਮਿਲ ਕੇ ਇੱਕ ਪਲੇਟਫਾਰਮ ਬਣਾਉਣ ਬਾਰੇ ਸੋਚਿਆ, ਜਿਹਦੇ ਵਿੱਚ ਕੁਝ ਨੌਜਵਾਨ ਜਥੇਬੰਦੀਆਂ ਦੇ ਸਿੰਘ ਵੀ ਸੀਗੇ, ਤੇ ਦਮਦਮੀ ਟਕਸਾਲ ਵਾਲੇ ਭਾਈ ਰਾਮ ਸਿੰਘ ਹੋਰੀ ਸੰਗਰਾਮਾਂ ਵਾਲੇ, ਫਿਰ ਉਹ ਏਕ ਨੂਰ ਖਾਲਸਾ ਫੌਜ ਵਾਲੇ ਮੁੰਡੇ ਬਹੁਤ ਵਧੀਆ ਕੰਮ ਕਰਦੇ ਆ ਮਾਲਵੇ 'ਚ, ਉਹ ਸੀਗੇ ਪੰਜਾਬ ਆਰਗੇਨਾਈਜੇਸ਼ਨ ਆਫ ਸਟੂਡੈਂਟ ਸਿੱਖ ਮਾਲਵੇ ਦੀ ਜਥੇਬੰਦੀ ਹੈ। ਏਦਾਂ ਹੀ ਦੇਖ ਤੇ ਫਤਿਹ ਸਿੰਘ ਚਲਿਓ ਲਹਿਰ ਸ਼ਾਨੇ ਖਾਲਸਾ ਪੰਥਕ ਪੰਚਾਇਤ, ਇਹ ਸਾਰੇ ਸੱਜਣ ਕਹਿਣ ਲੱਗੇ ਵੀ ਆਪਾਂ ਰਲ ਮਿਲ ਕੇ ਕੋਈ ਗੱਲ ਕਰੀ ਜੀ। ਮੈਂ ਕਿਹਾ ਚਲੋ ਠੀਕ ਆ ਭਾਈ, ਮੈਂ ਪੰਥਕ ਏਕਤਾ ਦੀ ਖਾਤਰ ਜਿੱਥੇ ਤੁਸੀਂ ਕਹੋ ਮੈਂ ਹਾਜ਼ਰ ਹੋ ਜਾਣਾ। ਇਹ ਫਿਰ ਇੱਕ ਦਿਨ ਮੀਟਿੰਗ ਹੋਈ ਤੇ ਉਹ ਕਹਿਣ ਲੱਗੇ ਵੀ ਇੱਕ ਜਥੇਬੰਦੀ ਬਣਾਈ ਜਾਵੇ। ਉਹ ਜਥੇਬੰਦੀ ਬਣਾਉਣ ਦੇ ਲਈ ਉਹਨਾਂ ਨੇ ਫਿਰ ਕਿਹਾ ਵੀ ਦੋ ਤਿੰਨ ਅਕਾਲੀ ਦਲ ਪਹਿਲਾਂ ਜਿਹੜੇ ਚੁੱਪ ਕਰਕੇ ਘਰਾਂ 'ਚ ਬੈਠੇ ਸੀ, ਇੱਕ ਤੇ ਸਰਦਾਰ ਰਵਿੰਦਰ ਸਿੰਘ ਦਾ ਅਕਾਲੀ ਦਲ ਸੀ 1900, ਇੱਕ ਪੰਥਕ ਅਕਾਲੀ ਦਲ ਸੀ ਰਾਜਦੇਵ ਸਿੰਘ ਐਮ ਪੀ ਵਾਲਾ, ਤੇ ਇੱਕ ਇੰਟਰਨੈਸ਼ਨਲ ਅਕਾਲੀ ਦਲ ਸੀ ਜਿਹੜਾ ਸਾਬਕਾ ਐਮ ਐਲ ਏ ਤਾਰਕ ਸਿੰਘ ਸੰਧੂ ਦਾ ਸੀ, ਤੇ ਬਾਕੀ ਜਥੇਬੰਦੀਆਂ ਨੇ ਕਿਹਾ ਵੀ ਜਿਹੜੀ ਚਲੋ ਬਾਕੀ ਸਾਰਾ ਕੋਈ ਭੰਗ ਕਰਕੇ ਇੱਕ ਕੋਈ ਸੰਸਥਾ ਬਣਾ, ਤੇ ਉਹਦੇ 'ਚ ਉਹਨਾਂ ਨੇ ਅਖੰਡ ਅਕਾਲੀ ਦਲ ਦਾ ਨਾਂ ਦੇ ਕੇ ਇੱਕ ਸੰਸਥਾ ਬਣਾ ਲਈ, ਜਿਹਦਾ ਉਹਨਾਂ ਨੇ ਕੁਛ ਤਾਂ ਕਿਹਾ ਸੀ ਪਹਿਲਾਂ ਇਹਦੇ ਨਿਸ਼ਾਨੇ ਨਿਯਤ ਕੀਤੇ ਜੀ ਤੇ ਆਪਾਂ ਕੀ ਕਰਨਾ ਚਾਹੁੰਦੇ ਹਾਂ। ਉਹਦੇ ਵਿੱਚ ਕੁਝ ਗੱਲਾਂ ਹੋਈਆਂ ਤੇ ਮੈਂ ਉਹਨਾਂ ਨੂੰ ਇਹ ਵੀ ਕਿਹਾ ਸੀ ਵੀ ਜੇ ਪੰਥਕ ਏਕਤਾ ਵਾਲੇ ਪਾਸੇ ਕੋਈ ਕਦਮ ਵੱਧ ਤੇ ਮੈਂ ਅਸਤੀਫਾ ਦੇ ਦੇਣਾ ਪੰਥਕ ਏਕਤਾ ਦੀ ਖਾਤਰ, ਤੇ ਇਹਨਾਂ ਮੈਨੂੰ ਕਿਹਾ ਵੀ ਦੱਸਿਆ ਜੀ, ਤੇ ਚਾਹੀਦਾ ਇਹ ਆ ਵੀ ਜੇ ਜਥੇਬੰਦੀਆਂ ਭੰਗ ਕਰਕੇ ਏਕਤਾ ਹੁੰਦੀ ਹੋਈ ਤਾਂ ਆਪਾਂ ਨੂੰ ਸਾਰਿਆਂ ਨੂੰ ਜਥੇਬੰਦੀਆਂ ਨੂੰ ਭੰਗ ਕਰਨੀਆਂ ਪੈਣਗੀਆਂ। ਤੇ ਉਹਦੇ ਵਿੱਚ ਫਿਰ ਮੁੱਖ ਤੌਰ ਤੇ ਤਾਂ ਇਹ ਸੀ ਵੀ ਜਿਹੜਾ ਅਕਾਲੀ ਦਲ ਦੇ ਦਾ ਵਿਰਾਸਤ ਹੈ ਉਹ ਇੱਕ ਪਰਿਵਾਰ ਨੇ ਹੀ ਅਕਾਲੀ ਦਲ ਦੇ ਉੱਤੇ ਕਬਜ਼ਾ ਕਰ ਲਿਆ ਜੀ, ਤੇ ਉਹ ਪਰਿਵਾਰ ਇੰਨਾ ਤਾਕਤਵਰ ਹੋ ਕੇ ਕਾਬਜ਼ ਹੋ ਗਿਆ ਵੀ ਸ਼੍ਰੋਮਣੀ ਕਮੇਟੀ ਉਹਨਾਂ ਦੀ ਇੱਕ ਜੇਬ 'ਚ ਹੈ, ਸਰਕਾਰ ਇੱਕ ਜੇਬ 'ਚ ਹੈ, ਅਕਾਲੀ ਦਲ ਇੱਕ ਜੇਬ 'ਚ ਹੈ, ਤਾਕਤਾਂ ਦੇ ਜਥੇਦਾਰ ਇੱਕ ਜੇਬ 'ਚ ਨੇ। ਤੇ ਜਿਹੜਾ ਅਕਾਲੀ ਦਲ ਅੱਗੇ ਪੰਥ ਨੂੰ ਜਵਾਬ ਦੇ ਹੁੰਦਾ ਸੀ, ਹੁਣ ਪੰਥਕ ਸੰਸਥਾਵਾਂ ਦੇ ਮੁਖੀ ਜਿਹੜੇ ਆ ਉਸ ਅਕਾਲੀ ਦਲ ਨੂੰ ਜਵਾਬ ਦੇ ਹੋ ਗਿਆ, ਉਸਦੀ ਗੰਗਾ ਫੋਕੇ ਨੂੰ ਤੁਰੀ ਹੋਈ ਜੀ। ਤੇ ਇਹ ਇੱਕ ਰਸਤਾ ਸੀ ਵੀ ਜੇ ਆਪਾਂ ਕੋਈ ਪਲੇਟਫਾਰਮ ਦੇਈਏ, ਜਿਹੜੇ ਕੋਈ ਬਾਕੀ ਸਿੰਘਾਂ ਨੂੰ ਵੀ ਬੇਨਤੀ ਕਰੀਏ, ਚਲੋ ਜਦੋਂ ਏਕਤਾ ਹੋਏਗੀ ਜਦੋਂ ਸਹੀ, ਜਿਹੜੇ ਸਿੱਖ ਕੇਵਲ ਰਾਜਨੀਤਿਕ ਤੌਰ ਤੇ ਬਦਲਾਂ ਦੀ ਭਾਲ ਵਿੱਚ ਤੁਰੇ ਹੋਏ, ਦੂਜੇ ਪਾਸੇ ਨੂੰ ਤੁਰੇ ਹੋਏ ਆ, ਉਹਨਾਂ ਨੂੰ ਤਾਂ ਕੋਈ ਮਾੜਾ ਮੋਟਾ ਬੈਠ ਕੇ ਆਪਣੀ ਗੱਲ ਕਰਨ ਦਾ ਪਲੇਟਫਾਰਮ ਵਧੀਆ ਹੋ ਸਕੇ ਜੀ। ਇਹ ਤਾਂ ਸਾਰਾ ਕੁਝ ਹੋਂਦ ਵਿੱਚ ਹੈ ਜੀ।
ਪੌਰ ਸਾਹਿਬ, ਜਿਵੇਂ ਤੁਸੀਂ ਸਾਰੀ ਬੈਕਗ੍ਰਾਉਂਡ ਦੱਸੀ ਹੈ ਕਿ ਕਿਵੇਂ ਇਹ ਜਿਹੜੀ ਸੰਸਥਾ ਹੈਗੀ ਹੈ ਹੋਂਦ ਦੇ ਵਿੱਚ ਆਈ ਹੈ, ਜੇ ਅਸੀਂ ਇਹਦੇ ਫਿਊਚਰ ਬਾਰੇ ਗੱਲ ਕਰੀਏ ਤਾਂ ਅੱਜ ਹੀ ਜਿਹੜੇ ਸਰਪ੍ਰਸਤ ਹੈਗੇ ਆ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਉਹਨਾਂ ਵੱਲੋਂ ਕੇਜਰੀਵਾਲ ਨਾਲ ਮੀਟਿੰਗ ਕੀਤੀ ਗਈ ਹੈ, ਅਤੇ ਔਨ ਦਾ ਕੰਟਰੀ ਜਦੋਂ ਅਸੀਂ ਵਿਰੋਧੀ ਧਿਰ ਬਾਦਲ ਦਲ ਦੀ ਗੱਲ ਕਰਦੇ ਹਾਂ ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਹੈਗਾ ਕਿ ਜਿਹੜੀ ਇਹ ਨਵੀਂ ਸੰਸਥਾ ਹੋਂਦ ਦੇ ਵਿੱਚ ਆਈ ਹੈ ਇਹ ਕਾਂਗਰਸ ਦੀ ਸ਼ਾਖਾ ਹੈਗੀ ਹੈ, ਅਤੇ ਜਦੋਂ ਤੁਸੀਂ ਅੰਦਰ ਬੈਠ ਕੇ ਇਹਨੂੰ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ, ਤੁਸੀਂ ਸਾਰੇ ਪੰਥਕ ਮੁੱਦਿਆਂ 'ਤੇ ਗੱਲਬਾਤ ਕਰ ਰਹੇ ਹੋ, ਜਾਂ ਜਿਵੇਂ ਤੁਸੀਂ ਗੱਲ ਕੀਤੀ ਵੀ ਜਿਹੜੀਆਂ ਧਿਰਾਂ ਸਰਬੱਤ ਖਾਲਸਾ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਦੇ ਨਾਲ ਜਾਂ ਕਾਂਗਰਸ ਦੇ ਨਾਲ ਜਾਂ ਆਮ ਆਦਮੀ ਪਾਰਟੀ ਦੇ ਨਾਲ, ਆਉਣ ਵਾਲੀਆਂ ਚੋਣਾਂ ਦੇ ਵਿੱਚ ਤੁਹਾਡਾ ਰੁਝਾਨ ਜਾਂ ਅਲਾਇੰਸ ਦੀ ਜਿਹੜੀ ਗੱਲ ਹੈਗੀ ਹੈ, ਕਿਹਨਾਂ ਨਾਲ ਮਿਲ ਕੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜਿਹੜੀ ਚੱਲਣ ਦੀ ਹੈ ਉਹ ਲਾਈਨ ਹੋਊਗੀ? ਦੇਖੋ, ਬਲਵੰਤ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਸਾਹਿਬ ਨਾਲ ਕੇਜਰੀਵਾਲ ਮਿਲੇ ਆ ਕੱਲ ਜੀ, ਤੇ ਉਹਨਾਂ ਦਾ ਮੈਨੂੰ ਵੀ ਫੋਨ ਆਇਆ ਸੀ ਕੇਜਰੀਵਾਲ ਸਾਹਿਬ ਦਾ, ਕਿਸੇ ਬੰਦੇ ਨੇ ਮੈਨੂੰ ਕਿਹਾ ਵੀ ਤੁਹਾਡੇ ਘਰ ਆਉਣਾ, ਮੈਂ ਕਿਹਾ ਮੇਰੇ ਘਰ ਤਾਂ ਆਉਣ ਦੀ ਲੋੜ ਕਿਸੇ ਨੂੰ, ਮੇਰੇ ਲਈ ਪੰਥ ਪਹਿਲੀ ਪ੍ਰਾਇਰਟੀ ਆ ਜੀ, ਮੈਂ ਨਹੀਂ ਸਮਝਦਾ ਕਿ ਵੋਟਾਂ ਨਾਲ ਕੌਮਾਂ ਦੀ ਕਿਸਮਤ ਕੱਟੀ ਜਾ ਸਕਦੀ, ਤੇ ਮੇਰੇ ਕੋਲ ਤਾਂ ਆਉਣ ਦੀ ਲੋੜ ਨਹੀਂ। ਠੀਕ ਹੈ, ਉਹਨਾਂ ਨੇ ਵੋਟਾਂ ਲੈਣੀਆਂ, ਉਹ ਦਰ ਦਰ ਤੁਰੇ ਫਿਰਦੇ ਆ, ਜਿਹਦੇ ਕੋਲ ਜਾਣਾ ਹੋਰ ਵੀ ਬਾਕੀ ਵੀ ਜਾਣਗੇ ਉਹਨਾਂ ਕੋਲ, ਤੇ ਪਤਾ ਵੀ ਕੋਈ ਮਦਦ ਕਰ ਸਕਦਾ। ਤੇ ਇਹਦੇ ਵਿੱਚ ਉਹਨਾਂ ਨੇ ਬੜੀ ਦ੍ਰਿੜਤਾ ਨਾਲ ਕਿਹਾ ਵੀ ਸਾਡੀ ਪ੍ਰਾਇਰਟੀ ਕੋਈ ਹੋਰ ਹੈ, ਅਸੀਂ ਦੇਖਾਂਗੇ ਕੀ ਕਰਨਾ, ਅਸੀਂ ਜਥੇਬੰਦਕ ਤੌਰ ਤੇ ਕੋਈ ਗੱਲ ਸੋਚਾਂਗੇ। ਜਿੱਥੇ ਤੱਕ ਬਾਦਲ ਸਾਹਿਬ ਬਜ਼ੁਰਗ ਹੈ, ਮੈਂ ਵੀ ਉਹਨਾਂ ਨਾਲ ਬੜਾ ਲੰਬਾ ਸਮਾਂ ਕੰਮ ਕੀਤਾ, ਮੈਂ ਅੱਜ ਤੱਕ ਕਿਸੇ ਦੀ ਸ਼ਾਨ ਦੇ ਖਿਲਾਫ਼ ਕੋਈ ਗੱਲ ਕਹਿਣ ਲਈ ਪਸੰਦ ਨਹੀਂ ਕਰਦਾ, ਪਰ ਇਹ ਜੁਮਲਾ ਬੜਾ ਪੁਰਾਣਾ ਹੋ ਗਿਆ ਕਿ ਜੇ ਕੋਈ ਅਕਾਲੀ ਦਲ ਵਿੱਚੋਂ ਨਿਕਲ ਕੇ ਕੋਈ ਵੱਖਰੀ ਗੱਲ ਕਰਦਾ ਤੇ ਉਹਨੂੰ ਕਾਂਗਰਸ ਦੇ ਏਜੰਟ ਕਹਿ ਦੇ ਜੀ। ਕਾਂਗਰਸ ਜਿਹੜੀ ਆ ਨਿਰਸਨ ਦੇ ਬਹੁਤ ਜ਼ਾਲਮ ਜਮਾਤ ਹੈ, ਜਿਹਨੇ ਸਾਡੇ ਤਖ਼ਤਾਂ ਦੇ ਉੱਤੇ ਹਮਲੇ ਕੀਤੇ, ਹਰਿਮੰਦਰ ਸਾਹਿਬ ਨੂੰ ਢਾਇਆ, ਉਹਦੇ ਰਾਜ ਵਿੱਚ ਹੀ ਸਾਡੇ ਧੀਆਂ ਭੈਣਾਂ ਦੇ ਕਣਾਂ ਦੇ ਵਿੱਚ ਤੈਰ ਪਏ। ਪਰ ਜੇ ਕੋਈ ਉਸ ਜਮਾਤ ਵਿੱਚੋਂ ਆ ਕੇ ਅਕਾਲੀ ਦਲ ਨੂੰ ਜੱਫੀ ਪਾ ਲੈਂਦਾ ਤਾਂ ਸਰਦਾਰ ਸੁਖਬੀਰ ਸਿੰਘ ਕਹਿੰਦੇ ਮੈਂ ਹੀਰਾ ਲੱਭ ਕੇ ਲਿਆ ਜੀ, ਚਾਹੇ ਜਗਿੰਦਰ ਪਾਲ ਜੈਨ ਹੋਵੇ, ਚਾਹੇ ਉਹ ਜੀਤ ਮਹਿੰਦਰ ਸਿੰਘ ਹੋਵੇ, ਚਾਹੇ ਗੁਰਚਰਨ ਸਿੰਘ ਗਾਲਬ ਹੋਵੇ, ਚਾਹੇ ਉਹ ਹਰਦਿਪਿੰਦਰ ਢਿੱਲੋਂ ਹੋਵੇ, ਤੇ ਲੱਭ ਲੱਭ ਕੇ ਕਾਂਗਰਸ ਦਾ ਗੰਦ ਸਾਰਾ ਅਕਾਲੀ ਦਲ ਵਿੱਚ ਪਾ ਕੇ ਉਹ ਤੇ ਫਿਰ ਉਹ ਗੰਗਾ ਨਾ ਹੋ ਜਾਂਦਾ। ਇਹ ਗੱਲਾਂ ਬਹੁਤ ਪੁਰਾਣੀਆਂ ਹੋ ਚੁੱਕੀਆਂ। ਆਪਣੇ ਵਿਰੋਧੀਆਂ ਦੇ ਉੱਤੇ ਇਹ ਇਲਜ਼ਾਮ ਲਾਉਣੇ, ਜੇ ਬਾਦਲ ਸਾਹਿਬ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਫੜ ਲੈਂਦੇ ਤਾਂ ਸ਼ਾਇਦ ਮੈਂ ਅਸਤੀਫਾ ਹੀ ਨਾ ਦਿੰਦਾ ਜੀ। ਜੇ ਬਾਦਲ ਸਾਹਿਬ ਦੀ ਸਰਕਾਰ ਥਾਂ ਥਾਂ ਤੇ ਗੁਰੂ ਸਾਹਿਬ ਦੀ ਹੋਈ ਬੇਪਤੀ ਦੀ ਸਾਜਿਸ਼ ਨੰਗੀ ਕਰ ਦਿੰਦੀ ਤਾਂ ਸ਼ਾਇਦ ਅੱਜ ਮੈਂ ਉਹਨਾਂ ਨਾਲ ਹੀ ਹੁੰਦਾ ਪਿਆ ਜੀ। ਇਹ ਕੁਛ ਇਸ਼ੂ ਹੁੰਦੇ ਆ ਜਿੱਥੋਂ ਬੰਦਾ ਆਪਣੇ ਮਾਨਸਿਕ ਅਵਸਥਾ ਦੇ ਵੱਸ ਹੋ ਕੇ ਉੱਥੋਂ ਟੁੱਟਦਾ। ਇਹ ਹਰ ਇੱਕ ਬੰਦੇ ਦਾ ਅਧਿਕਾਰ ਹੈ ਆਪਣੀ ਚੋਣ ਕਰਨੀ ਜੀ। ਜੇ ਇਹ ਕਿਹਾ ਜਾਣਾ, ਮੈਂ ਤਾਂ ਰਵਿੰਦਰ ਸਿੰਘ ਤੋਂ ਪਹਿਲਾਂ ਬਚਨ ਲਿਆ, ਮੈਂ ਕਿਹਾ ਜੇ ਤੂੰ ਕਾਂਗਰਸ ਦੀ ਗੱਲ ਕਰਨੀ ਤੇਰੀ ਰਾਜੇ ਨਾਲ ਨੇੜਤਾ ਸੁਣਦੇ ਆ, ਜੇ ਇਹ ਕਰਨੀ ਤਾਂ ਫਿਰ ਨਾ ਸਾਡੇ ਤੋਂ ਕੋਈ ਆਸ ਰੱਖੀ ਜੀ। ਉਹਨੇ ਕਿਹਾ ਨਹੀਂ ਬਿਲਕੁਲ ਨੀ, ਮੇਰੇ ਮਨ ਚ ਏਦਾਂ ਦੀ ਕੋਈ ਗੱਲ ਨੀ। ਅੱਛਾ, ਦੂਸਰੀ ਗੱਲ ਇਹ ਹੈ ਵੀ ਇਹ ਇਸ਼ੂਜ ਦੀ ਗੱਲ ਹੁੰਦੀ ਹੈ, ਉਹ ਇਸ਼ੂਜ ਤੇ ਗੱਲ ਕਰਨ, ਜਿਹਨਾਂ ਇਸ਼ੂਜ ਤੇ ਮੈਂ ਰਿਜ਼ਾਈਨ ਕੀਤਾ ਉਹ ਮੈਨੂੰ ਦੱਸਣ, ਉਹ ਠੀਕ ਸੀ ਕਿ ਗਲਤ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪੰਜਾਬ ਵਿੱਚ ਲਗਾਤਾਰ ਹੋਣੀ ਜਾਇਜ਼ ਹੈ, ਔਰ ਦੋਸ਼ੀਆਂ ਨੂੰ ਨਾ ਫੜਨਾ ਜਾਇਜ਼ ਹੈ। ਸਰਕਾਰਾਂ ਕੋਲ ਖੁਫੀਆ ਤੰਤਰ ਹੈ, ਸਿਵਲ ਐਡਮਿਨਿਸਟ੍ਰੇਸ਼ਨ ਹੈ, ਪੁਲਿਸ ਐਡਮਿਨਿਸਟ੍ਰੇਸ਼ਨ ਹੈ, ਉਹ ਕੀ ਕਰਦੀ ਹੈ? ਅਜੇ ਤੱਕ ਡੇਢ ਸਾਲ ਬੀਤੀ ਜਾਣ ਤੋਂ ਬਾਅਦ ਵੀ ਬੰਦਾ ਨਹੀਂ ਫੜ ਹੋਇਆ। ਕੋਈ ਮਾਹੌਲ ਐਸਾ ਪੈਦਾ ਕੀਤਾ ਜੇ ਕੋਈ ਸੰਤ ਬੋਲਦਾ ਹੋਵੇ ਗੋਲੀ ਵੱਜ ਜਾਂਦੀ ਹੈ, ਤੇ ਜੇ ਕੋਈ ਸੱਚ ਦੀ ਗੱਲ ਕਰਨਾ ਚਾਹੁੰਦਾ ਪ੍ਰਚਾਰਕਾਂ ਦੇ ਮੂੰਹ ਬੰਦ ਕਰਾਏ ਜਾ ਰਹੇ ਹੈ। ਜਿਹੜੇ ਜਿਹਨਾਂ ਬੰਦਿਆਂ ਨੇ ਸੱਚ ਬੋਲਿਆ ਉਹਨਾਂ ਦੀਆਂ ਡਿਊਟੀਆਂ ਕੱਟ ਦਿੱਤੀਆਂ ਜਾਂਦੀਆਂ, ਉਹਨਾਂ ਨੂੰ ਕੀਰਤਨ ਕਰਨ ਦੀ ਆਗਿਆ ਨੀ, ਉਹਨਾਂ ਨੂੰ ਕਥਾ ਕਰਨ ਦੀ ਆਗਿਆ ਨੀ। ਇਹ ਗੁਰਦੁਆਰੇ ਕਿਤੇ ਸਿਰਫ ਇੱਕ ਪਰਿਵਾਰ ਦੇ, ਇਹ ਸੰਸਥਾਵਾਂ ਇੱਕ ਪਰਿਵਾਰ ਦੀਆਂ, ਇਹ ਖਾਲਸਾ ਪੰਥ ਦੀਆਂ ਸੰਸਥਾਵਾਂ। ਖਾਲਸਾ ਪੰਥ ਦੇ ਵਿੱਚ ਇੱਕ ਪਰੰਪਰਾ ਹੈ ਵੀ ਸੱਚ ਸੁਣਨ ਦੇ ਲਈ ਗੁਰਦਾ ਚਾਹੀਦਾ, ਜਿਗਰਾ ਚਾਹੀਦਾ। ਤੇ ਜੇ ਤੁਹਾਡੇ ਮਨ ਵਿੱਚ ਇਹ ਗੱਲਾਂ ਪੰਥ ਦੀ ਚੜ੍ਹਦੀ ਕਲਾ ਵਿੱਚ ਹੋਣੀਆਂ ਤੇ ਤੁਹਾਨੂੰ ਕਿਉਂ ਰਾਗੀਆਂ ਧਿਰ ਤੇ ਪਾਬੰਦੀ ਲਾਉਣੀ ਪੈਂਦੀ, ਕਿਉਂ ਕਥਾਵਾਚਕਾਂ ਤੇ ਪਾਬੰਦੀ ਲਾਉਣੀ ਪੈਂਦੀ ਜੀ? ਤੇ ਅੱਜ ਲਾਲੈਸਨੈਸ ਐਸੀ ਹੈ, ਜਿਹਨਾਂ ਦਲਿਤਾਂ ਦੀ ਗੱਲ ਕੀਤੀ ਜਾਂਦੀ ਵੀ ਇਹ ਦਲਿਤਾਂ ਦਾ ਬੜਾ ਭਲਾ ਕੀਤਾ, ਉਹਨਾਂ ਵਿਦਿਆਰਥੀਆਂ ਦੇ 480 ਕਰੋੜ ਰੁਪਏ ਸੈਂਟਰ ਤੋਂ ਆਏ ਸਰਕਾਰ ਨੇ ਅੱਜ ਤੱਕ ਵੀ ਨਹੀਂ ਕੀਤੇ। ਦਲਿਤਾਂ ਦੇ ਤਾਂ ਲੋਕ ਅੰਗ ਵੱਢ ਵੱਢ ਕੇ ਮੋਢਿਆਂ ਤੇ ਰੱਖ ਕੇ ਘਰਾਂ ਨੂੰ ਲਿਜਾ ਰਹੇ, ਇਹਨਾਂ ਦੇ ਸ਼ਿਵ ਲਾਲ ਡੋਡੇ ਵਰਗੇ ਕੱਟ ਕੱਟ ਕੇ ਭੀਮ ਵਰਗਿਆਂ ਦੀਆਂ ਲੱਤਾਂ ਬਾਹਾਂ ਸੜਕਾਂ ਚ ਖਿਲਾਰ ਰਹੇ, ਔਰ ਫਰੋਤੀਆਂ ਅਕਾਲੀਆਂ ਦੇ ਮੁੱਦੇ ਕਰਨ ਲੱਗ ਪਏ, ਕਤਲ ਅਕਾਲੀਆਂ ਦੇ ਮੁੱਦੇ ਕਰਨ ਲੱਗ ਪਏ ਜੀ। ਅਕਾਲੀ ਦਲ ਦਾ ਸਰੂਪ ਇਹ ਹੈ ਵੀ ਇਹ ਲੁੱਟਾਂ ਲੁਟੇਰਿਆਂ ਦਾ ਗਰੋਹ ਬਣ ਕੇ ਰਹੇ। ਅਕਾਲੀ ਦਲ ਤਾਂ ਸਰਬੱਤ ਦੇ ਭਲੇ ਦੇ ਨਿਸ਼ਾਨੇ ਨੂੰ ਲੈ ਕੇ
ਪੰਥਕ ਸੇਵਾ ਖੇਤਰ ਵਿਚ ਵਿਚਰਨ ਵਾਲੇ ਸਿੰਘਾਂ ਦਾ ਨਾਂ ਸੀ ਤੇ ਉਹ ਐਸੇ ਢੰਗ ਨਾਲ ਉਹਨੂੰ ਖਤਮ ਕੀਤਾ ਗਿਆ। ਇੱਕ ਨਵਾਂ ਕਲਚਰ ਸ਼ੁਰੂ ਕਰਤਾ, ਹਰ ਹਲਕੇ ਦੇ ਵਿੱਚ ਜਿੱਤਿਆ ਜਾਂ ਹਾਰਿਆ MLA ਹਲਕਾ ਇੰਚਾਰਜ ਬਣਾਤਾ। ਚੰਗੇ ਚੰਗੇ ਜੇਲ੍ਹਾਂ ਭੁਗਤਣ ਵਾਲੇ ਅਕਾਲੀ ਵਿਚਾਰੇ ਘਰਾਂ ਚ ਬੈਠੇ ਆ, ਮਾੜਾ ਜਿਹਾ ਉਹਨਾਂ ਨੂੰ ਕਿਤੇ ਥਾਣੇ ਕੰਮ ਹੋਵੇ ਕਹਿੰਦੇ ਜੀ ਪਹਿਲਾਂ ਹਲਕਾ ਇੰਚਾਰਜ ਤੋਂ ਲਿਖਾ ਕੇ ਦਿਓ, ਫਿਰ ਤਬਦੀਲੇ ਕੰਮ ਹੋਵੇ ਹਲਕਾ ਇੰਚਾਰਜ ਤੋਂ ਲਿਖਾ ਕੇ ਦਿਓ, ਫਿਰ ਕੋਈ ਕਿਸੇ ਨੇ ਕੋਈ ਐਡਮਿਸ਼ਨ ਕਰਾਉਣੀ ਹੈ ਹਲਕਾ ਇੰਚਾਰਜ ਤੋਂ ਲਿਖਾ ਕੇ ਦਿਓ। ਸਾਰੇ ਪੰਥ ਨੂੰ ਹਲਕਾ ਇੰਚਾਰਜ ਦੀ ਲੱਤ ਥੱਲਿਓ ਲਗਾਉਣ ਦੀ ਇਹ ਕਿਹੜੀ ਪ੍ਰਵਿਰਤੀ ਹੈ? ਉਹ ਸਾਰਾ ਹੀ ਪੰਥ ਘਰਾਂ ਚ ਬੈਠਾ ਦੁਖੀ ਹੋਏ ਬੈਠੇ ਆ ਤੇ ਉਹ ਪਤਾ ਨੀ ਕਿਹੜੇ ਕਰਕੇ ਚੁੱਪ ਕਰਕੇ ਬੈਠੇ। ਔਰ ਅਵਸਥਾ ਐਸੀ ਬਣਾ ਦਿੱਤੀ ਵੀ 90 ਤੋਂ ਵੱਧ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਸਰਕਾਰ ਦੇ ਡਰ ਤੋਂ ਸਿੱਖਾਂ ਦੀ ਅਵਸਥਾ ਐਸੀ ਬਣੀ ਹੋਈ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਖਾਤਰ ਵੀ ਹਾਹ ਦਾ ਨਾਰਾ ਨਹੀਂ ਮਾਰ ਸਕੇ ਤੇ ਜਿਹੜੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਖਾਤਰ ਹਾਹ ਦੇ ਨਾਰੇ ਨਹੀਂ ਮਾਰੇ ਉਹ ਇਹਨਾਂ ਦਾ ਕੀ ਸਵਾਰ ਦੇਣਗੇ? ਜੀ ਮੈਂ ਤੇ ਅੱਜ ਇੱਕ ਸਵੇਰੇ ਨਿਊਜ਼ ਪੜ੍ਹੀ ਹੈ ਕੈਲੀਫੋਰਨੀਆ ਤੋਂ ਜਿਹੜੇ ਕਬੱਡੀ ਫੈਡਰੇਸ਼ਨਾਂ ਦੇ ਸਾਰੇ ਆਗੂਆਂ ਨੇ ਮੀਟਿੰਗ ਕਰਕੇ ਕਿਹਾ ਵੀ ਜਿਹੜੀ ਪੰਜਾਬ ਸਰਕਾਰ ਕਬੱਡੀ ਕੱਪ ਕਰਾ ਰਹੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹੋਏ ਬੇਅਦਬੀ ਦੇ ਦੋਸ਼ੀ ਨਾ ਫੜੇ ਜਾਣ ਦੇ ਰੋਸ ਵਜੋਂ ਉਹਦਾ ਬਾਈਕਾਟ ਕਰਦੇ। ਉਹ ਬੜਾ ਬੜਾ ਚੰਗਾ ਤਕੜਾ ਫੈਸਲਾ ਲਿਆ। ਔਰ ਮੈਂ ਸਮਝਦਾ ਸਿੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰੇਮ ਕਰਦੇ ਆ ਜੇ ਸਾਰੇ ਇਸ ਫੈਸਲੇ ਦੀ ਲੋ ਵਿੱਚ ਇਹਨਾਂ ਨੂੰ ਕਹਿਣ ਵੀ ਭਾਈ ਲਿਆਓ ਤੁਹਾਡੀ ਸਰਕਾਰ ਵੀ ਬਣਾ ਦਿਆਂਗੇ ਸਭ ਕੋ ਬਣਾ ਦਿਆਂਗੇ, ਦੱਸੋ ਤੁਸੀਂ ਤੇ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਨਹੀਂ ਪੰਜਾਬ ਦੀ ਬਚਾ ਸਕਦੇ, ਸਾਡਾ ਕੀ ਭਲਾ ਕਰੋਗੇ? ਜੀ ਬਿਲਕੁਲ ਪੌਰ ਸਾਹਿਬ, ਤੁਸੀਂ ਸਾਡਾ ਸਮਾਂ ਹੁਣ ਸਮਾਪਤੀ ਵੱਲ ਜਾ ਰਿਹਾ ਤੇ ਮੈਂ ਮਾਫੀ ਚਾਹੂੰਗਾ, ਸਾਨੂੰ ਅੱਜ ਦਾ ਜਿਹੜਾ ਸ਼ੋਅ ਹੈਗਾ ਉਹ ਇੱਥੇ ਹੀ ਸਮਾਪਤ ਕਰਨਾ ਪੈਣਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਤੁਹਾਡੇ ਨਾਲ ਇਹਨਾਂ ਮੁੱਦਿਆਂ ਦੇ ਉੱਪਰ ਜਾਂ ਜਿਹੜੀਆਂ ਹੋਰ ਆਉਣ ਵਾਲੀਆਂ ਪੰਥਕ ਤੇ ਸਿਆਸਤ ਦੇ ਹਵਾਲੇ ਨਾਲ ਜਿਹੜੀਆਂ ਗਤੀਵਿਧੀਆਂ ਹੋਣਗੀਆਂ ਫਿਰ ਤੁਹਾਡੇ ਨਾਲ ਗੱਲਬਾਤ ਹੋਵੇਗੀ। ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਰਸ, ਇਸੇ ਦੇ ਨਾਲ ਅਸੀਂ ਜਿਹੜਾ ਅੱਜ ਦਾ ਸ਼ੋਅ ਹੈ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।